गुण अवगुण समान है, दोनों सृष्टि नूं बैलेंस करन वास्ते रब जी ने बना दिते। हुण प्यारे सतगुरु सच्चे पातशाह जी कृपा करन कि जिहड़े अवगुण ने ना उहनां नूं लभण दी लोड़ नहीं पैंदी, उह अपने आप ही आई जांदे ने। ਉਹ ਆਪਣੇ ਆਪ ਹੀ ਆਉਂਦੇ ਨੇ। ਹੁਣ ਜਿਵੇਂ ਤੁਸੀਂ ਫਸਲਾਂ ਬੀਜਣ ਵਾਲੇ ਹੋ, ਫਸਲਾਂ ਵੇਖਦੇ ਉੱਗੀਆਂ ਹੋਈਆਂ, ਜਦੋਂ ਫਸਲ ਜਿਹੜੀ ਖੇਤ ਕਿਸਾਨ ਬੀਜਦਾ, ਝੋਨਾ ਲਾ ਦੇਣਾ ਅੱਜ ਕੱਲ੍ਹ, ਹੁਣ ਗਾਂ ਸਮੇਂ ਦੇ ਵਿੱਚ ਝੋਨਾ ਲਾਉਣਾ ਹੈ, ਪਹਿਲੇ ਪਨੀਰੀ ਬੀਜ ਕੇ ਪਿਆਰੇ ਉਹਨੂੰ ਪੱਟ ਕੇ ਅਤੇ ਲਾਉਣਾ ਅਤੇ ਝੋਨਾ ਹੈ। ਪਰ ਜਿਹੜੇ ਦਿਹਾੜੀਦਾਰ ਹੋਣੇ ਉਹਨਾਂ ਨੂੰ ਆਪਾਂ ਇਹ ਕਹਿ ਦੇਣਾ, ਖਿਆਲ ਰੱਖੀਂ ਘਾਹ ਦੇ ਬੂਟੇ ਨਾ ਲਾਈ ਜਾਵੀਂ, ਨਦੀਨ ਨਾ ਲਾਈ ਜਾਵੀਂ, ਝੋਨਾ ਲਾਉਣਾ ਹੈ, ਪਨੀਰੀ ਪੱਟ ਕੇ ਲਾਉਣੀ। ਉਹ ਪੱਟ ਕੇ ਤਾਂ ਪਨੀਰੀ ਲਾਉਂਦਾ, ਪਰ ਪਿਆਰਿਓ ਜਿਹੜੀ ਚੀਜ਼ ਸਾਨੂੰ ਨਹੀਂ ਚਾਹੀਦੀ ਉਹ ਫਿਰ ਵੀ ਵਿੱਚ ਉੱਗ ਪੈਂਦੀ, ਨਦੀਨ ਕੱਖ ਘਾਹ ਹੋਰ ਪਤਾ ਨਹੀਂ ਰੌਲਾ ਗੌਲਾ ਕਿੰਨਾ ਕੁ ਉਹਦੇ ਵਿੱਚ ਉੱਗ ਪੈਂਦਾ। ਪਰ ਮਹਾਰਾਜ ਕਿਰਪਾ ਕਰਨ ਕਿਸਾਨ ਫਿਰ ਯਤਨ ਕਰਦਾ ਕਿ ਜਿੱਥੇ ਪਨੀਰੀ ਵਿੱਚੋਂ ਆਪਾਂ ਦਿਹਾੜੀਦਾਰਾਂ ਨੂੰ ਆਖਿਆ ਸੀ ਪਨੀਰੀ ਇਕੱਲੀ ਪੱਟ ਕੇ ਲਾਇਓ, ਘਾਹ ਦੇ ਬੂਟੇ ਨਾ ਲੱਗ ਜਾਣ। ਹੁਣ ਜੇਕਰ ਇੱਥੇ ਕੁਦਰਤੀ ਤੌਰ 'ਤੇ ਇਹ ਅਵਗਣ ਪੈਦਾ ਹੋ ਗਏ, ਇਹ ਜਿਹੜੇ ਘਾਹ ਫੂਸ ਉੱਗ ਪਿਆ ਏ, ਇਹਨੂੰ ਖਤਮ ਕਰਨਾ ਪੈਣਾ। ਜੇਕਰ ਇਹਨੂੰ ਖਤਮ ਨਾ ਕੀਤਾ, ਇਹਦਾ ਖਿਆਲ ਨਾ ਕੀਤਾ, ਤਾਂ ਫਸਲ ਦਾ ਝਾੜ ਘੱਟ ਜਾਣਾ। ਇੱਦਾਂ ਹੀ ਪਿਆਰਿਓ ਜਿਹੜੇ ਅਵਗਣ ਨੇ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਆ ਜਾਂਦੇ ਨੇ, ਜਿਵੇਂ ਉਹ ਕੱਕ ਕਣ ਨੇ ਜਿਹੜੇ। ਹੁਣ ਪਿਆਰਿਓ ਕਿਸੇ ਨੂੰ ਕਿਤੇ ਸਿਖਾਇਆ ਨਹੀਂ ਜਾਂਦਾ ਕਿ ਨਸ਼ਾ ਕਿਵੇਂ ਕਰਨਾ, ਜਿਹੜੇ ਨਸ਼ੇ ਕਿਵੇਂ ਕਰਨੇ ਸਿਖਾਇਆ, ਕਿਤੇ ਕੋਈ ਕੇਂਦਰ ਨਹੀਂ ਬਣਿਆ। ਹਾਂ, ਨਸ਼ੇ ਛਡਾਉਣ ਵਾਸਤੇ ਕਈ ਕੇਂਦਰ ਬਣਾ ਦਿੱਤੇ ਗਏ ਨੇ, ਪਰ ਸਿਖਾਉਣ ਵਾਸਤੇ ਕੋਈ ਕੇਂਦਰ ਨਹੀਂ। ਕਿਉਂ? ਅਵਗਣ ਆਪਣੇ ਆਪ ਬੰਦਾ ਸਿੱਖ ਜਾਂਦਾ। ਜਿਵੇਂ ਫਸਲ ਦੇ ਵਿੱਚ ਕੱਖ ਜਿਹੜੇ ਘਾਹ ਆਪਣੇ ਆਪ ਉੱਗ ਪਿਆ, ਇੱਦਾਂ ਅਵਗਣ ਵੀ ਆਪਣੇ ਆਪ ਹੀ ਆਈ ਜਾਂਦੇ ਨੇ, ਉਹਨਾਂ ਨੂੰ ਲਿਆਉਣਾ ਨਹੀਂ ਪੈਂਦਾ। ਕੁਦਰਤ ਦਾ ਇੱਦਾਂ ਦੀ ਸ੍ਰਿਸ਼ਟੀ ਦੀ ਰਚਨਾ ਐਸੀ ਹੈ ਪਿਆਰਿਓ। ਪਰ ਗੁਰੂ ਜੀ ਕਹਿੰਦੇ ਜਦੋਂ ਤੂੰ ਜਪ ਕੇ ਗੁਰੂ ਦੀ ਗੱਲ ਮੰਨੇਗਾ ਤਾਂ ਉਹ ਇੱਦਾਂ ਹੋਵੇਗਾ ਜਿਵੇਂ ਕੱਖ ਕਣ ਜਿਹੜੇ ਨੇ ਉਹਨਾਂ ਨੂੰ ਕੱਢਣ ਵਾਲਾ ਕੰਮ ਕਰੇਗਾ। ਜਦੋਂ ਤੂੰ ਉਹਨਾਂ ਨੂੰ ਕੱਢੇਗਾ ਤੇਰਾ ਝਾੜ ਜ਼ਿਆਦਾ ਨਿਕਲੇਗਾ, ਇੱਦਾਂ ਹੀ ਤੇਰਾ ਸੇਵਾ ਸਿਮਰਨ ਜਿਹੜਾ ਹੈ ਇਹਦਾ ਫਲ ਤੈਨੂੰ ਬਹੁਤਾ ਮਿਲੇਗਾ ਜਦੋਂ ਤੂੰ ਅਵਗਣਾਂ ਨੂੰ ਕੱਖਾਂ ਦੀ ਤਰ੍ਹਾਂ ਚੁਣ ਚੁਣ ਕੇ ਬਾਹਰ ਕੱਢਦਾ ਜਾਏਗਾ। ਨੋਟ ਕਰਦਾ ਜਾਵੀਂ ਕਿ ਤੇਰੇ ਵਿੱਚ ਆਹ ਅਵਗਣ ਆ, ਅਤੇ ਗੁਰੂ ਦੇ ਅੱਗੇ ਬੇਨਤੀ ਕਰ, ਸਤਿਗੁਰੂ ਮੇਰਾ ਆਹ ਅਵਗਣ ਮਿਟਾ ਦਿਓ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜਿਹੜੇ ਇਹ ਵਿਖਿਆ ਫੈਲੀ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਸਾਰਿਆਂ ਨੂੰ ਬਾਹਰ ਕੱਢਣਾ, ਬਿਨ ਸਜਾਏ ਹੋਮੈਂ ਵਿਖ ਫੈਲ। ਇਹ ਜਿਹੜੇ ਹੋਮੈਂ ਦੀ ਵਿਖਿਆ ਫੈਲੀ ਬਿਨ ਸਜਾਏਗੀ ਜਦੋਂ ਤੂੰ ਗੁਰੂ ਦੇ ਉਪਦੇਸ਼ ਸੁਣੇਗਾ, ਗੁਰੂ ਦਾ ਬਚਨ ਮੰਨੇਗਾ। ਪਿਆਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿਹੜੇ ਰੱਬ ਦੇ ਪਿਆਰੇ ਨੇ, ਸਾਧ ਜਨ ਨੇ, ਯਤਨ ਕਰੀਏ ਜਦੋਂ ਕੋਈ ਬਾਣੀ ਪੜ੍ਹਨ ਸੁਣਨ ਵਾਲਾ ਤਕਰੀਬਨ ਉਹਦੇ ਗੱਲ ਮੰਨ ਲਿਆ ਕਰੀਏ। ਜਿਹੜਾ ਸਾਧੂ ਜਨ ਹੈ, ਰੱਬ ਦਾ ਭਗਤ ਜਨ ਆ, ਉਹਦੀਆਂ ਗੱਲਾਂ ਮੰਨ ਲਿਆ ਕਰੀਏ, ਯਤਨ ਕਰਿਆ ਕਰੀਏ ਕਿ ਉਹਦੀ ਗੱਲ ਮੰਨੀਏ। ਕਿਉਂਕਿ ਨਾਮ ਜਪਣ ਵਾਲਾ ਹੈ ਉਹ ਸਭ ਦਾ ਭਲਾ ਲੋਚਦਾ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਿਆਰਿਓ ਮੈਂ ਇੱਕ ਸੁਣ ਰਿਹਾ ਸਾ ਵਿਚਾਰ ਕਿ ਸਾਧੂ ਦੇ ਕੋਲ, ਮਹਾਂਪੁਰਖਾਂ ਦੇ ਕੋਲ ਨਾ ਇੱਕ ਬੀਬੀ ਗਈ ਆਪਣੇ ਪੁੱਤ ਨੂੰ ਲੈ ਕੇ, ਸਕੂਟਰ ਦੇ ਉੱਪਰ ਬੈਠ ਕੇ ਗਏ। ਜਾ ਕੇ ਬੀਬੀ ਰੋਣ ਲੱਗ ਪਈ, ਮਹਾਂਪੁਰਖੋ ਕੀ ਕਰੀਏ, ਘਰ ਦੇ ਵਿੱਚ ਬੜਾ ਕਲੇਸ਼, ਦਿਨ ਰਾਤ ਬਸ ਲੜਾਈ ਝਗੜਾ ਫਸਾਦ ਰਹਿੰਦਾ ਹੈ, ਦੁਖੀ ਆ ਗਏ ਹਾਂ, ਜ਼ਿੰਦਗੀ ਜਿਹੜੀ ਹੈ ਦੁਖੀ ਹਾਂ, ਬੜਾ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਚੁੱਕੇ ਹਾਂ, ਕੀ ਕਰੀਏ। ਇੱਦਾਂ ਬੜੀਆਂ ਬੇਨਤੀਆਂ ਕੀਤੀਆਂ, ਰੋਈ ਜਾਂਦੀ ਨਾਲ ਨਾਲ। ਮਹਾਂਪੁਰਖ ਕਹਿਣ ਲੱਗੇ, ਬੱਚੀਏ ਰੋ ਨਾ, ਕੋਈ ਨਹੀਂ, ਵਾਹਿਗੁਰੂ ਪਰਮਾਤਮਾ ਭਲਾ ਕਰੇਗਾ। ਉਹਨਾਂ ਪਿਆਰਿਓ 50 ਰੁਪਈਏ ਕੱਢ ਕੇ ਉਹਦੇ ਮੁੰਡੇ ਦੇ, ਉਹਦੇ ਲੜਕੇ ਦੇ ਜੇਬ ਦੇ ਵਿੱਚ ਪਾ ਦਿੱਤੇ, ਬੱਚਿਆ ਲੈ 50 ਰੁਪਏ ਲੈ ਲੈ। ਇਹਨੇ ਕੀ ਕੀਤਾ, ਬੀਬੀ ਨੇ ਉਹ ਆਪਣੇ ਬੱਚੇ ਦੀ ਜੇਬ ਵਿੱਚੋਂ 50 ਰੁਪਏ ਕੱਢੇ ਅਤੇ ਬਾਬਾ ਜੀ ਆ ਲਓ, ਇਹ ਪੈਸੇ ਅਸੀਂ ਤੁਹਾਡੇ ਤੋਂ ਥੋੜ੍ਹੀ ਲੈਣੇ ਨੇ, ਤੁਸੀਂ ਉੱਦਾਂ ਕਿਰਪਾ ਕਰੋ ਸਾਡੇ ਘਰ ਬਰਕਤ ਪੈ ਜਾਵੇ, ਤੁਹਾਡੇ ਕੋਲ ਅਸੀਂ ਪੈਸੇ ਥੋੜ੍ਹੀ ਲੈਣੇ ਆ, ਉੱਦਾਂ ਕੋਈ ਆਸ਼ੀਰਵਾਦ ਦੇ ਦਿਓ। ਹੁਣ ਪਿਆਰੇ ਸਾਧੂ ਜਿਹੜੇ ਨੇ ਉਹਨਾਂ ਦੀਆਂ ਰਮਜ਼ਾਂ ਨੂੰ ਸਮਝਣਾ ਬੜਾ ਔਖਾ ਏ, ਸਾਧਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਜਿਹੜੀ ਉਹ ਰਮਜ਼ ਪਾ ਦਿੰਦੇ ਨੇ ਉਹ ਤਾਂ ਪਿਆਰਿਓ ਪ੍ਰੇਮ ਭਾਵਨਾ ਵਾਲੇ ਬੁੱਝ ਸਕਦਾ। ਉਹ ਬੀਬੀ ਨੂੰ ਆਖਿਆ
कि नहीं ये 50 रुपये मैं प्यार ना दे रहा वा। कह लगी ना तुहाडे कोलों असी पैसे नहीं लैने, ये पैसे असी तुहाडे कोलों नहीं लैने, तुसी उदा कृपा करो घर विच बरकत पै जावे, कला कलेश मुक जावे। प्यारियो उठ के ते तुर पए, आशीर्वाद लै के तुर पए। जदों बाहर जाके उहदा पुत जिहड़ा स्कूटर जिहड़ा स्टार्ट करदा है ते एकदम कहिंदे ने प्यारे जदों स्टार्ट करदा पिया सी ते महापुरखां ने एक सेवक नूं भेजिया, कहिण लगे जा वापस जा। वो जिहड़े दो जने लंघ के गए ना अपने कोलों हुण हो के गए ने, आह 50 रुपये लै जा ते डोले उहदी माँ नूं ना पता लगन दई, मुंडे दी जेब विच पा देवी। हुण प्यारियो सेवक गया जा के उहदी जेब विच पा दित्ते, पर मुंडे ने दस दिता कि आ 50 रुपये महापुरख दे गए। बीबी ने फिर 50 रुपये कढे ते वापस जा के महापुरखां नूं फड़ाते। कहन लगे बाबा जी तुहाडे कोलों पैसे थोड़े लैने आ, तुसी उदां कृपा करो साडा भला हो जावे। ते कहिंदे ने प्यारियो इधर होया कि जदों इह उधर महापुरखां नूं पैसे मोड़न गए, 50 रुपये मोड़न गए, बच्चे ने सोचा चल मैं सड़क पार करके दूजे पासे हुण चलिया जांदा वा, सड़क खाली आवाजाई घटी आ, मैं चलिया जांदा। कहिंदे ने किक मारी स्टार्ट करके उधर नूं जांदा ते जदों बीबी वापस आ के वेख्या उत्थे रौला पै रिहा, दुनिया इकट्ठी होई है। नेड़े जा के वेंदी है कि उहदा पुत जिहड़ा है प्यारियो एक्सीडेंट हो गया ते उहदे साह मुक चुके सन। महापुरखां कोल गई रोंदी होई जा के, कहन लगे असी ते आख्या सी कृपा करो साडे घर विच कला कलेश मुक जावे, खुशियां खेड़े आ जाण, बरकतां पै जाण, पर इह ते उल्टा होर मेरे ते इन्ना वड्डा बोझ पै गया। मेरा पुत जिहड़ा जवान, अजे उहने जवानी विच पैर धरना सी, तुसी उह वी खोलिया। महापुरख कहन लगे तूं असी नहीं खोया, तूं आप गवाया। आई सै खुशियां लैण, असी खुशियां दिंदे सां, तूं वापस करी जानी। तेरे पुत नूं इत्थें 50 रुपये फड़ाए, वह 50 रुपये नहीं, तेरे पुत की उम्र इन्नी लिखी सी, असी 50 रुपये की जगह 50 साल उम्र उहदी लिख रहे सां। तू जदों इत्थों खाली चली गई, पर असी सोचा कि तू बड़ी भावना श्रद्धा लैके आई है, असी फिर सेवादार राही चोरी तेरे तेरे पुत की जेब विच वह 50 रुपये पाए, भाव 50 साल पा दिते, लिखवा दिते वाहिगुरु की दरगाह के विचों, पर तू फिर नहीं वो ले, फिर वापस करन आ गई। वेख ये भाणा वापर गया, जे तू अज गल मन लेंदी ते सारा कुछ ना हुंदा। प्यारियो साधु की रमज जिहड़ी है उहनूं समझण दा यतन करिए। मैं कई बारी ना जो जिंदगी दे विच तजुर्बे हुंदे ने प्यारियो उहनां नूं समझणा पैंदा है। महापुरख कहिंदे हुंदे सी कि जदों कोई रब दा प्यारा मस्ताना मिलदा है ना तो उहदे नाल मशकरी ना करिए। पहली गल तो यह आ, कोशिश करिए जेकर बहुता कोई मस्ताना उहदे नेड़े ना जाओ, दूर रहो, पता नहीं उहने किहड़ा अल्फाज बोल देना, पता नहीं उहने की कह देना। पर जेकर चलो कुछ इदां दा हुंदा वी तो जतन करो उहदे नाल मशकरी ना करो। गुरबाणी विच वी ना इक शब्द आया गुरु साहब ने लिखिया है, महाराज सच्चे पातशाह जी कहिंदे दुर्भाषा सो करत ठगौरे, जादव ए फल पाए, कृपा करे जाने अपने उपर, नामदेव हर गुण गाए। दुर्भाषा रिखी दे नाल प्यारे जादव दे कुल दे जिहड़े सन उन्होंने जाके मशकरी कीती सी, जिवें पहलां वी आप जी नाल बेनती कीती कि अपने पेट ते घड़ा बन्न के, ते इदां जिवें गर्भवती औरत हुंदी आ इदां बन के महापुरखां दे रिशी दे कोल चले गए। जाके कहिंदे जी दसो इहदे पेट विच जो बच्चा पल रिहा उह लड़की होएगी जां लड़का। महापुरख अंतर जामी ने जाणदे सी मशकरियां करदे ने, शरारत करदे पे मेरे नाल, पर उन्हां कहा एवें साधां दे नाल मशकरी नहीं करी दी, जाओ चले जाओ, एवें इदां ना करो। फिर कहन लगे नहीं जी दसो कौन पैदा होवेगा, ते महापुरखां ने कहिंदे ऋषि जी ने उदों बचन कीता, कहन लगे इहदे पेट विच इत्थों उह जन्म लवेगा जिहड़ा तुहाडी जादव कुल दा नाश कर देगा। उन्हां ने इह बचन कर दिता ते महाराज कहिंदे ने साध बचन अटलादा, नाम जपन वालियां दा बचन जिहड़ा अटल हुंदा प्यारियो। ते उसे घड़े तों कहिंदे ने फिर उह पैदा होया जिहने उन्हां दी कुल दा नाश कीता। सो सतगुरु महाराज सच्चे पातशाह जी मेहर करन, साधु जिहड़े ने उन्हां दी सेवा दे विच जुड़न दा यतन करिए। सतगुरु महाराज कहिंदे ने सेवा को दोए भले, एक संत एक राम, राम जो दाता मुक्त को,
संत जपावे नाम। कहिंदे ने सेवा करन लई दोनों भले ने, एक वाहिगुरु परमात्मा रब जी ते एक उहदे भगत जन प्यारे साधु जन। क्यों? रब जिहड़ा है संत राम जो दाता मुक्त को, राम ने परमात्मा ने मुक्ति देनी है, तेरे बंधना तो छुटकारा करवाउणा है। ते संत जपावे नाम, संत जिहड़े ने उह नाम वाले पासे जोड़ दे, इन उहनां दी सेवा दे विच जुड़ीए। सो सतगुरु सच्चे पातशाह जी मेहर करन साधुआं दा, रब दे प्यारियां दा बचन जेकर उह कोई करदे ने उहनूं मोड़ीए ना, उहनां नूं बचनां नूं मन लिया करिए। भाई लहणा जी गुरु नानक साहब महाराज दे नाल तुरे जांदे ने, दोनों साहिबजादे महाराज दे वी तुरे जांदे, बाबा श्री चंद जी लक्ष्मी दास जी भी तुरे जांदे, होर भी सिख ने बड़े विच नाल। गुरु नानक साहब महाराज सच्चे पातशाह तुरदे जांदे, सामने एक छप्पड़ आया गारे दा, एक महाराज कोल गड़वा सी, उह चुक के पातशाह ने पाणी दे गारे दे विच चुक के मारिया। पातशाह जी कहन लगे, श्री चंद जी गड़वा चुक लियाओ। कहन लगे, महाराज साढ़े कोल घर दे विच इदां दे बथेरे ने, कोई नहीं डिग गया, तो वह अपने को बहुत ने, एवें का तो कपड़े खराब करने। लक्ष्मी दास नूं आख्या, उवें उहने भी इदां ही कह दिता। होर सिखां नूं कुछ नूं आख्या, उन्होंने भी कहता, महाराज होर लै आवांगे, सेवा ला दिओ साडी, मेरी सेवा ला दिओ, हर कोई इदां कहिंदा होर लै आवांगे। पर लहणा जी नूं आख्या ते प्यारे बिना सोचिया समझिया बस गुरु का हुक्म मन के ते अपने नवें कपड़े जड़े ने उन्हां दा संकोच भी नहीं किया कि गारा लग जाएगा, बस ये सी कि मेरे गुरु ने कोई हुक्म किए, अज मैनू अज मेरे सतगुरु ने मैनू कोई हुक्म लाया, मैं इस हुक्म नूं मनना। प्यारे गए उस गारे दे विचों गड़वा कढ़ के ले आंदा। एक दिन गुरु साहब ने आख्या, लहणा जी आ कपड़े जड़े ने पंड जिहड़े धो के लियाओ। महाराज कृपा करन जदों लहणा जी धोण गए ते सिखां ने आख दिता, लहणा जी इह पंड जिहड़ी तुसीं चुके लियाए कपड़िआं दी, इह पहलां ही धोती होई है, इहनां नूं धोण दी लोड़ नहीं। कहन लगे, नहीं धोती भी है, मेरे गुरू दा जे हुक्म आ ते इहनां नूं धोणा है। गुरु साहब ने भी आख्या सी, महाराज कहिंदे भाई लहणा जी मैनूं ते पता नहीं सी, मैनूं पता नहीं सी। पातशाह जी उदां ही कहन लगे, महाराज कहन लगे मैनूं पता नहीं सी कि धोती नहीं है, धोते होए ने। महाराज कहिंदे मैनू पता नहीं सी, जे तुहानू पता लग गया सी तुहानू रहन देना सी। सच्चे पातशाह जदों तुसी कोई हुक्म करो ते महाराज सिख दा काम है कि अगों जवाब नहीं देना, जो भी गुरु हुक्म करदा है उस हुक्म नूं मन लैना चाहीदा सिख नूं। उहदे विच नुकसान आ फायदा आ ये चीज़ां वल सिख नूं नहीं सोचना चाहीदा, बस गुरु दा हुक्म सिर मत्थे मन लवे। महाराज हुक्म मन्निया होवै प्रवान ਤਾਂ ਖਸਮੈ ਕਾ ਮੈਲ ਪਾਏ ਸੀ। ਪਾਤਸ਼ਾਹ ਤੇਰਾ ਦਰ ਤਾਂ ਹੀ ਮਿਲਣਾ ਜੇਕਰ ਮੈਂ ਹੁਕਮ ਮੰਨਾਂਗਾ, ਜੇ ਅੱਗੋਂ ਜਵਾਬ ਕਰਾਂਗਾ ਸਵਾਲ ਤੇ ਸਵਾਲ ਕਰਾਂਗਾ ਤੇ ਪਾਤਸ਼ਾਹ ਤੁਹਾਡੀ ਕਿਰਪਾ ਨਹੀਂ ਲਈ ਜਾਣੀ। ਇੱਦਾਂ ਦੀਆਂ ਬੜੀਆਂ ਵਿਚਾਰਾਂ ਆਉਂਦੀਆਂ ਨੇ ਪਿਆਰੇ, ਜਦੋਂ ਜਦੋਂ ਗੁਰੂ ਜੀ ਨੇ ਹੁਕਮ ਕੀਤਾ ਤੇ ਭਾਈ ਲਹਿਣਾ ਜੀ ਹੁਕਮ ਨੂੰ ਮੰਨਦੇ ਰਹੇ, ਜਿਉਂ ਜਿਉਂ ਹੁਕਮ ਮੰਨਦੇ ਗਏ ਤੇ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੁੰਦੇ ਗਏ। ਇੱਕ ਦਿਨ ਐਸਾ ਆਇਆ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗ ਲਹਿਣੇ ਤੋਂ ਅੰਗਦ ਬਣਾ ਦਿੱਤਾ, ਗੁਰੂ ਨਾਨਕ ਬਣਾ ਦਿੱਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜਗ੍ਹਾ 'ਤੇ ਉਹਨਾਂ ਨੂੰ ਬਿਠਾ ਦਿੱਤਾ। ਇਹ ਗੱਲ ਹੈ ਪਿਆ